ਕੁੜੀਆਂ ਦੀ ਆਈ ਸਰਕਾਰ ਛੜਿਆਂ ਨੂੰ ਕਫਾ ਕਰੋ ਤੈਨ ਤੂੰ ਇੱਥੇ ਕੀ ਕਰਦੀ ਆ ਮੈਂ 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 ਪੂਆ ਜੀ ਕੰਮ ਕਰਦੀ ਇੱਥੇ ਆ ਘਰ ਦਾ ਡਰਾਇੰਗ ਰੂਮ ਆ ਕਿੰਨਾ ਖਲਾਰਾ ਹੈ ਡਰਾਇੰਗ ਰੂਮ ਦੇ ਵਿੱਚ ਗੱਦਿਆਂ ਦੇ ਥੱਲੇ ਅਖਬਾਰਾਂ ਤੇ ਸੋਫਿਆਂ ਦੀਆਂ ਖਿੜਕੀਆਂ ਦੇ ਪਿੱਛੇ ਕਿਤਾਬਾਂ ਦਾ ਢੇਰ ਲੱਗਾ ਆ ਕਹਿੰਦੀ ਮੈਂ ਕੰਮ ਕਰਦੀ ਆ ਪੂਆ ਜੀ ਇਹ ਤਾਂ ਪ੍ਰੋਫੈਸਰ ਸਾਹਿਬ ਨੇ ਰਖਾਇਆ ਸੀ ਉਹ ਕਹਿੰਦੇ ਕਿਸੇ ਚੀਜ਼ ਨੂੰ ਹੱਥ ਨਾ ਲਾਇਓ ਕਿਉਂ ਪ੍ਰੋਫੈਸਰ ਦਾ ਕੀ ਇਹਨਾਂ 'ਚ ਖਜ਼ਾਨਾ ਦੱਬਿਆ ਹੈ ਇਹ ਤਾਂ ਪਤਾ ਨਹੀਂ ਪੂਆ ਜੀ ਪਰ ਜਦੋਂ ਕੁਝ ਚੁੱਕਣ ਲੱਗੋ ਨਾ ਉਹ ਰੋਕ ਦਿੰਦੇ ਨੇ ਕੀ ਕਹਿੰਦਾ ਆ ਜਦੋਂ ਅਖਬਾਰ ਚੁੱਕਣ ਲੱਗੋ ਤਾਂ ਕਹਿੰਦੇ ਨੇ ਇਹ ਨਾ ਚੁੱਕੀ ਇਹਦੇ 'ਚ ਮੈਂ ਕੁਛ ਨੋਟ ਕਰਨਾ ਤੇ ਜਦੋਂ ਕਾਪੀਆਂ ਚੱਪਣ ਲੱਗੋ ਤਾਂ ਕਹਿੰਦੇ ਇਹ ਵੀ ਨਾ ਚੁੱਕੀ ਇਹ 'ਚ ਮੈਂ ਕੁਛ ਨੋਟ ਕੀਤਾ ਹੋਇਆ ਹੁਣ ਤੁਸੀਂ ਦੱਸੋ ਮੈਂ ਕੀ ਕਰਾਂ ਪ੍ਰੋਫੈਸਰ ਵੀ ਨਾ ਕਮਲਾ ਹੀ ਹੋ ਗਿਆ ਆ ਉਹਨੂੰ ਸਭ ਕੁਛ ਨੋਟ ਕਰਨ ਵਾਸਤੇ ਰੱਦੀ ਲੱਭੇ ਸੀ ਭੂਆ ਜੀ ਹੁਣ ਇਹਦਾ ਕੀ ਕਰਾਂ ਮੈਂ ਤਾਂ ਸੋਚਿਆ ਸੀ ਕਿ ਇਹਨੂੰ ਵੇਚ ਦੂੰਗੀ ਪਰ ਹੁਣ ਪ੍ਰੋਫੈਸਰ ਨੇ ਕਿਹਾ ਨਹੀਂ ਤਾਂ ਮੈਂ ਵੇਚ ਹੀ ਦੇਣਾ ਸੀ ਭੂਆ ਜੀ ਕੰਮ ਕਰਦੀ ਆ ਇਹਨੂੰ ਸਾਫ਼ ਕਰਕੇ ਚੰਗੀ ਤਰ੍ਹਾਂ ਰੱਖ ਦਿੰਦੀ ਜੇ ਸਾਫ਼ ਕਰਕੇ ਇੱਥੇ ਹੀ ਰੱਖਣਾ ਸੀ ਤੇ ਫਿਰ ਸਫਾਈ ਦਾ ਤੇ ਫਾਇਦਾ ਹੋਇਆ ਸਾਨੂੰ ਤੇ ਸਾਰਾ ਕੁਝ ਚੁੱਕ ਕੇ ਨਾ ਅਜੇ ਦੀਪ ਦੇ ਟੇਬਲ ਤੇ ਸਜਾ ਦੇ ਜਦੋਂ ਆਊਗਾ ਮੈਂ ਇਹਨੂੰ ਆਪੇ ਕਹਿ ਦੂੰਗੀ ਕਿ ਆਪਣੇ ਸਮਾਨ ਦਾ ਆਪੇ ਖਿਆਲ ਰੱਖਿਆ ਕਰ ਜੀ ਭੂਆ ਜੀ ਹੁਣੇ ਕਰਦੀ ਹਾਂ ਰੋਕ ਰੋਕ ਪਹਿਲੇ ਤੋਂ ਮੈਨੂੰ ਪਾਣੀ ਪਿਲਾ ਬਾਕੀ ਕੰਮ ਬਾਅਦ ਚ ਕਰੀ ਜਾ ਜਾ ਕੇ ਫਰਿੱਜ ਚੋਂ ਪਾਣੀ ਲੈ ਕੇ ਆ ਹੁਣੇ ਲੈ ਕੇ ਆਈ ਭੂਆ ਜੀ ਹੈਲੋ ਭੂਆ ਜੀ ਫੜੋ ਹੋਰ ਪਾਵਾਂ ਕੀ ਕਰਨੀ ਆ ਤੈਨੂੰ ਕੋਈ ਕੰਮ ਨਹੀਂ ਹੈਗਾ ਜਾ ਜਾ ਕੇ ਕੰਮ ਕਰ ਹਾਂਜੀ ਮੈਂ ਚੱਕ ਲੈਂਦੀ ਹਾਂ ਬੋਤਲ ਕਿਤੇ ਨਹੀਂ ਖਾਣੀ ਇੱਥੇ ਰੱਖ ਜੀ ਜੀ ਭੂਆ ਜੀ ਓਏ ਸਤਿ ਸ਼੍ਰੀ ਅਕਾਲ ਭੂਆ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕਿੱਥੋਂ ਆਇਆ ਮੈਂ ਕਿੱਥੇ ਆਉਣਾ ਸੀ ਮੈਂ ਤਾਂ ਇੱਥੇ ਸੀ ਘਰੇ ਕਿੱਥੇ ਤੇ ਮੈਂ ਵੀ ਸਿੱਧਾ ਸਿੱਧਾ ਦੱਸ ਤੂੰ ਆਇਆ ਕਿੱਥੋਂ ਭੂਆ ਜੀ ਮੈਂ
पिछले वेड़े च सी कमला कोले। हुण बोलिया ना सीधा सीधा, ओथे की कर रहा सी? कंगरा नूं नुहांदा ही मैं। कंगरा ने क्या है तेनू कि नवा सानू? भूआ जी डंगर थोड़ी कहते होंगे ने, डंगर नूं तां इहनूं आंदे होंदे आपां। कुड़ियां दी आई सरकार, छड़ियां नूं कफा करो।